पंजाब सरकार वालों खास करके जो प्रकाश सिंह बादल की सरकार सी उदों एक कोशिश की गई सी कि देसी गाइयां नूं खास करके जिहड़ियां साहीवाल नसल साडे लहिंदे पंजाब दी है उहनूं इत्थे प्रमोट किया जाए। साडे नाल बूटा सिंह भुल्लर जिन्हां दा पिंड फिरोजपुर तो जदों असीं झोक हरिहर तो मुड़दे हां सज्जे हत्थ दा धीरा पत्रा पिंड आउंदा है, इन्हां वल्लों एक कोशिश की गई है, इन्हां कोले गाइयां ने साहीवाल नसल दीयां। भुल्लर साहब सत श्री अकाल जी। सत श्री अकाल जी। भुल्लर साहब, इह कित्थों शौक पलिया तुहानूं, किवें इह लिआंदा ते ਇਹ ਅੱਜ ਤੋਂ ਅੱਜ ਲਗਭਗ 7 ਸਾਲ ਪਹਿਲਾਂ ਮੇਰੇ ਹੱਥੀ ਕਿਤਾਬ ਆਈ ਸੀ ਜੀ ਭਗਤ ਪੂਰਨ ਸਿੰਘ ਪਿੰਗਲਵਾੜੇ ਦੀ ਜੀ, ਜਿਹਦੇ 'ਚ ਲਿਖਿਆ ਸੀ ਕੁਦਰਤੀ ਖੇਤੀ ਕਿਵੇਂ ਕਰੀਏ ਜੀ। ਅਤੇ ਉਹ ਕਿਤਾਬ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਉਹਦੇ 'ਚ ਅਸੀਂ ਵੇਖ ਕੇ ਹੈਰਾਨ ਸੀ ਵੀ ਕੋਈ ਖਾਦ ਦੀ ਸਪਰੇ ਦੀ ਲੋੜ ਹੀ ਨਹੀਂ ਗੀ, ਕੁਦਰਤੀ ਤਰੀਕੇ ਨਾਲ ਖੇਤੀ ਵਧੀਆ ਹੋ ਸਕਦੀ ਹੈ। ਉਹਦੇ 'ਚ ਲਿਖਿਆ ਸੀ ਵੀ ਸਾਡੇ ਕੋਲ ਇੱਕ ਦੇਸੀ ਨਸਲ ਦੀ ਗਾਂ ਹੋਵੇ ਅਤੇ ਉਹਦੇ ਤੋਂ ਅਸੀਂ ਗੋਬਰ ਅਤੇ ਪਿਸ਼ਾਬ ਨਾਲ 30 ਕਿੱਲਿਆਂ ਦੇ ਵਿੱਚ ਕੁਦਰਤੀ ਖੇਤੀ ਕਰ ਸਕਦੇ ਹਾਂ, ਉਹਦਾ ਜੀਵ ਅੰਮ੍ਰਿਤ ਬਣਾ ਕੇ। ਅਤੇ ਫਿਰ ਉਹ ਮੈਂ ਉਹਨਾਂ ਤੋਂ ਟਾਈਮ ਲੈ ਕੇ ਉਹਨਾਂ ਕੋਲ ਗਿਆ, ਜਦੋਂ ਉੱਥੇ ਵੇਖਿਆ ਦੇਸੀ ਨਸਲ ਬਾਰੇ ਸਾਨੂੰ ਪਤਾ ਲੱਗਿਆ ਦੇਸੀ ਨਸਲ ਦੀਆਂ ਗਾਵਾਂ ਬਾਰੇ ਜੀ। ਅਤੇ ਫਿਰ ਅਸੀਂ ਉਸ ਤੋਂ ਪਹਿਲਾਂ ਇੱਕ ਸੁਸਾਇਟੀ ਬਣਾਈ ਹੋਈ ਹੈ ਇੱਥੇ, ਫਾਰਮਰ ਹੈਲਪ ਸੁਸਾਇਟੀ ਧੀਰਾ ਪੱਤਰਾ ਜੀ। ਅਤੇ ਉਹਦੇ 'ਚ ਕਿਸਾਨਾਂ ਨਾਲ ਰਾਏ ਮਸ਼ਵਰਾ ਕੀਤਾ, ਫਿਰ ਉਹਨਾਂ ਕਿਸਾਨਾਂ ਨੂੰ ਵੀ ਉੱਥੇ ਲੈ ਕੇ ਗਿਆ ਮੈਂ ਵਿਖਾਇਆ। ਅਤੇ ਜਦੋਂ ਅਸੀਂ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਵੀ ਵਾਕਈ ਦੇਸੀ ਨਸਲ ਦੀਆਂ ਗਾਵਾਂ ਦਾ ਦੁੱਧ ਵੀ ਗੁਣਕਾਰੀ ਹੈ ਅਤੇ ਇਹ ਆਪਣੇ ਮੌਸਮ ਦੇ ਅਨੁਕੂਲ ਵੀ ਨੇ, ਇਹਨਾਂ ਨੂੰ ਬਿਮਾਰੀ ਸ਼ਮਾਰੀ ਵੀ ਬਹੁਤ ਘੱਟ ਆਉਂਦੀ। ਅਤੇ ਫਿਰ ਉਦੋਂ ਅਸੀਂ ਸਾਰੇ ਸੁਸਾਇਟੀ ਮੈਂਬਰਾਂ ਨੇ ਇੱਕ ਇੱਕ ਦੋ ਦੋ ਗਾਵਾਂ ਜਿਹੜੀਆਂ ਰੱਖਣੀਆਂ ਸ਼ੁਰੂ ਕੀਤੀਆਂ। ਇਹ ਗਾਈਆਂ ਪਹਿਲਾਂ ਬੇਸ ਜਿਹੜੀਆਂ ਆਪਣੀਆਂ ਤਾਂ ਹੁਣ ਸਾਹੀਵਾਲ ਹੋ ਗਈਆਂ, ਉਹ ਦੇਸੀ ਗਾਈਆਂ ਕਿੱਥੋਂ ਲੈਂਦੀਆਂ ਫਿਰ, ਦੇਸੀ ਗਾਂ ਵੀ ਖਤਮ ਹੋ ਗਈ? ਹਾਂ, ਇਹ ਸਾਹੀਵਾਲ ਨਸਲ ਦੀਆਂ ਗਾਵਾਂ ਜਿਹੜੀਆਂ ਹੈਗੀਆਂ ਨੇ, ਹਰਿਆਣੇ ਦੇ ਵਿੱਚ ਹੈਗਾ ਜੀਵਨ ਨਗਰ ਸੰਤ ਨਗਰ ਪਿੰਡ। ਅੱਛਾ ਜੀ। ਉੱਥੇ ਜਿਹੜੇ ਹੈਗੇ ਸੀ ਬਾਬੇ, ਉਹਨਾਂ ਨੇ ਉਹਨਾਂ ਦੇ ਚੇਲਿਆਂ ਨੇ ਸੰਭਾਲ ਕੇ ਨਸਲ ਰੱਖੀ ਹੋਈ ਸੀਗੀ ਜੀ। ਅਤੇ ਅਸੀਂ ਉੱਥੇ ਗੁਰਮੁਖ ਸਿੰਘ ਰਾਂ ਤੋਂ ਜਿਹੜੀਆਂ ਨੇ ਚੰਗੀ ਬਰੀਡ ਜਿਨ੍ਹਾਂ ਨੇ ਸਾਂਭ ਕੇ ਰੱਖੀ ਸੀ, ਉਹਨਾਂ ਤੋਂ ਗਾਵਾਂ ਲੈ ਕੇ ਆਉਂਦੀਆਂ ਜੀ। ਕਿੰਨੀਆਂ ਲਿਆਂਦੀਆਂ ਸੀ ਤੁਸੀਂ? ਪਹਿਲਾਂ ਤਾਂ ਮੈਂ 2 ਲੈ ਕੇ ਆਉਂਦੀਆਂ ਸੀ ਆਪਦੇ ਵਾਸਤੇ। ਅੱਛਾ ਜੀ। ਉਸ ਤੋਂ ਬਾਅਦ ਫਿਰ ਜਦੋਂ ਅਸੀਂ ਸਾਰੇ ਸੁਸਾਇਟੀ ਮੈਂਬਰ ਇਹਨਾਂ ਨੂੰ ਮਤਲਬ ਡਿਵੈਲਪ ਕਰ ਰਹੇ ਸੀ, ਕਿਸਾਨ ਵੀਰਾਂ ਨੂੰ ਦੱਸ ਰਹੇ ਸੀ ਵੀ ਆਪਦੇ ਵਾਸਤੇ ਇੱਕ ਇੱਕ ਦੋ ਦੋ ਰੱਖੋ, ਉਸੇ ਸਮੇਂ ਦੇ ਵਿੱਚ ਫਿਰ ਸਾਡਾ ਰਾਬਤਾ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਇਆ ਜੀ। ਕਿਉਂਕਿ ਸਾਡੀ ਗਾਂ ਉੱਥੇ ਮੇਲੇ 'ਤੇ ਫਸਟ ਆਈ ਸੀ, ਉਹਨਾਂ ਨੂੰ ਫਿਰ ਸਾਡੇ ਬਾਰੇ ਪਤਾ ਲੱਗਾ ਅਤੇ ਉਹਨਾਂ ਨਾਲ ਜੋ ਸੰਪਰਕ ਹੋਇਆ, ਉਹਨਾਂ ਇੱਕ ਸਾਹੀਵਾਲ ਕੈਟਲ ਸੁਸਾਇਟੀ ਬਣਾਈ ਸੀ ਪੰਜਾਬ ਲੈਵਲ ਜੀ ਜੀ। ਉਹਦੇ ਵਿੱਚ ਉਹਨਾਂ ਨੇ ਮੈਨੂੰ ਮਾਲਵਾ ਜ਼ੋਨ ਦਾ ਚਾਰਜ ਬਣਾਤਾ ਦੇਸੀ ਗਾਵਾਂ ਡਿਵੈਲਪ ਕਰਨ ਵਾਸਤੇ, ਅਤੇ ਫਿਰ ਅਸੀਂ ਇਸ ਤਰ੍ਹਾਂ ਰਲ ਮਿਲ ਕੇ ਹੋਰ ਹੰਭਲਾ ਮਾਰਿਆ। ਅਤੇ ਫਿਰ ਸਾਨੂੰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਭੇਜਿਆ ਸੀਗਾ ਬ੍ਰਾਜ਼ੀਲ ਦੇ ਵਿੱਚ, ਜਿਹਦੇ 'ਚ 2 ਕਿਸਾਨ ਸੀ 4 ਅਫਸਰ ਸੀ, ਅਤੇ ਉਹਨਾਂ ਜਿੰਨਾ ਚਿਕ ਮੈਂ ਸੀਗਾ। ਅਤੇ ਅਸੀਂ ਉੱਥੇ ਵੇਖ ਕੇ ਆਏ ਕਿ ਬ੍ਰਾਜ਼ੀਲ ਵਾਲੇ ਲੋਕ ਘੱਟੋ ਘੱਟ 100 ਸਾਲ ਪਹਿਲਾਂ ਇੱਥੋਂ ਭਾਰਤੀ ਨਸਲ ਦੀਆਂ ਦੇਸੀ ਗਾਵਾਂ ਲਿਜਾ ਕੇ ਅਤੇ ਉਹਨਾਂ ਨਸਲ ਸੁਧਾਰ ਕਰ ਲਿਆ। ਉਹ ਇੱਕ ਦਿਨ ਦਾ ਇਹਨਾਂ ਪਿਓਰ ਗਾਵਾਂ ਤੋਂ 70 ਲੀਟਰ ਦੁੱਧ ਲੈ ਰਹੇ ਨੇ, ਜਦਕਿ ਸਾਡੇ ਕਹਿ ਦਿੰਦੇ ਦੇਸੀ ਗਾਂ 5-4 ਕਿਲੋ ਹੀ ਦਿੰਦੀ ਹੈ। ਬਿਲਕੁਲ, ਇਹਦੇ ਵਿੱਚ ਉਹਦਾ ਕਾਰਨ ਇਹ ਆ ਕਿ ਇਹਦੇ 'ਚ ਨਸਲ ਸੁਧਾਰ ਨਹੀਂ ਹੋ ਪਾਇਆ। ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਸੀ, ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰੂ ਅੰਗਦ ਦੇਵ ਯੂਨੀਵਰਸਿਟੀ, ਇਹਨੇ ਜਿਹੜਾ ਹੈਗਾ ਸੀ HF ਦੇ ਨਸਲ ਸੁਧਾਰ ਵੱਲੇ ਜ਼ਿਆਦਾ ਧਿਆਨ ਦਿੱਤਾ। HF ਸਾਡੇ ਮੌਸਮ ਦੇ ਅਨੁਕੂਲ ਨਹੀਂ ਸੀਗੀ, ਜਿਹਦੇ ਕਰਕੇ 2-4 ਸੂਬੇ ਸੂ ਕੇ ਇਹ ਫੰਡਰ ਹੋ ਜਾਂਦੀ ਸੜਕਾਂ 'ਤੇ। ਹਾਂ ਬਿਲਕੁਲ, ਇਹ ਗਾਵਾਂ 18-18 ਸੂਬੇ ਸੂ ਕੇ ਵੀ ਫੰਡਰਾਂ ਨਹੀਂ ਹੁੰਦੀਆਂ, ਇਹ ਸਾਡੇ ਮੌਸਮ। ਅੱਛਾ ਭੁੱਲੋ ਸਾਹਿਬ, ਤੁਸੀਂ ਕਿਉਂਕਿ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਇਹ ਇਹ ਵੀ ਪਤਾ ਚੱਲਿਆ ਕਿ ਬ੍ਰਾਜ਼ੀਲ ਤੋਂ ਜਿਹੜਾ ਹੈਗਾ ਸੀਮਨ ਆਇਆ ਹੋਇਆ ਭਾਰਤ ਦੇ ਵਿੱਚ, ਇਹ ਕਾਫੀ ਦੇਰ ਵੀ ਸੀਮਨ ਕਿਉਂ ਨਹੀਂ ਯੂਟੀਲਾਈਜ਼ ਕੀਤਾ ਜਾ ਰਿਹਾ? ਉਹਦਾ ਇੱਕ ਕਾਰਨ ਹੈ ਜੀ, ਮੈਨੂੰ 2017 ਦੇ ਵਿੱਚ ਭਾਰਤ ਸਰਕਾਰ ਵੱਲੋਂ ਗੋਪਾਲ ਰਤਨ ਅਵਾਰਡ ਮਿਲਿਆ ਸੀ। ਰਾਧੇ ਮੋਹਨ ਜਿਹੜੇ ਆਪਣੇ ਕ੍ਰਿਸ਼ੀ ਮੰਤਰੀ ਸੀ, ਉਹਨਾਂ ਨੇ ਦਿੱਤਾ ਸੀ, ਅਤੇ ਉੱਥੇ ਉਹਨਾਂ ਦੇ ਇੱਕ ਕੋਈ ਸੈਕਟਰੀ ਸੀ, ਉਹਨਾਂ ਨੇ ਸਵਾਲ ਕੀਤਾ ਵੀ ਕੋਈ ਇਹੋ ਜਿਹਾ ਸਿਸਟਮ ਦੱਸੋ ਜਿਹਦੇ ਨਾਲ ਇਹ ਦੇਸੀ ਨਸਲ ਦੀਆਂ ਗਾਵਾਂ ਦੀ ਗਿਣਤੀ ਵੀ ਵਧੇ ਅਤੇ ਇਹ ਮਤਲਬ ਜ਼ਿਆਦਾ ਦੁੱਧ ਦੇਣ ਵਾਲੀਆਂ ਵੀ ਤਿਆਰ ਹੋਣ। ਫਿਰ ਮੈਂ ਉੱਥੇ ਖੜ੍ਹੇ ਹੋ ਕੇ ਦੱਸਿਆ ਸੀ ਵੀ ਸਾਨੂੰ ਪੰਜਾਬ ਸਰਕਾਰ ਨੇ ਬ੍ਰਾਜ਼ੀਲ ਭੇਜਿਆ ਸੀ, ਜੇ ਉੱਥੋਂ ਪੰਜਾਬ ਦੇ ਕਿਸਾਨਾਂ ਨੂੰ ਸੀਮਨ ਅਤੇ ਭਰੂਣ ਮੰਗਾ ਕੇ ਦਿੱਤੇ ਜਾਣ, ਅਤੇ ਪੰਜਾਬ ਦੇ ਕਿਸਾਨ ਕੋਲ HF ਗਾਂ ਹੈ ਜਿਹਦੇ ਵਿੱਚ ਭਰੂਣ ਜਿਹੜੇ ਉਹ ਰਖੀਚਨੇ ਹੀ HF ਦੇ ਵਿੱਚ ਨੇ, ਅਤੇ ਜਿਹੜੇ ਸੀਮਨ ਵੀ ਮਤਲਬ ਦਿੱਤੇ ਜਾਣ, ਅਤੇ ਇੱਥੋਂ ਦੇ ਕਿਸਾਨ ਜਿਹੜੇ ਬੜੇ ਉੱਦਮੀ ਨੇ, ਇਹ ਬੈਕ ਬਰੀਡਿੰਗ ਕਰਕੇ ਜਿਹੜੀਆਂ ਦੇਸੀ ਨਸਲ ਦੀਆਂ ਗਾਵਾਂ ਤਿਆਰ ਕਰਕੇ ਦੇ ਸਕਦੇ ਆ। ਮੇਰੀ ਇੰਨੀ ਗੱਲ ਆਖਣ ਦੀ ਡੇਰ ਸੀ, ਉੱਥੇ ਫਿਰ ਸਵਾਮੀ ਚਿਮਨਾਨੰਦ ਨੂਰਮੇਲ ਵਾਲੇ ਉਹ ਖੜ੍ਹੇ ਹੋਏ ਅਤੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਬ੍ਰਾਜ਼ੀਲ ਤੋਂ ਸੀਮਨ ਅਤੇ ਭਰੂਣ ਨਾ ਮੰਗਾਏ ਜਾਣ, ਉਹਦੇ ਨਾਲ ਨੁਕਸਾਨ ਹੋਏਗਾ। ਫਿਰ ਉੱਥੇ ਮੇਰੀ ਗੱਲ ਤਾਂ ਦੁਬਾਰਾ ਸੁਣੀ ਨਹੀਂ ਗਈ, ਕਿਉਂਕਿ ਉਹ ਬੰਦੇ ਵੱਡੇ ਆ ਨੂਰਮੇਲ ਕੇ, ਤੁਹਾਨੂੰ ਪਤਾ ਉਹਨਾਂ ਦੀ ਪਹੁੰਚ ਹੈ। ਦੇ ਕੁਝ ਕਿਸਾਨ ਇਕੱਠੇ ਹੋ ਕੇ ਸਵਾਮੀ ਚਿਮਨਾਨੰਦ ਕੋਲੇ ਗਏ, ਉਹਨਾਂ ਨੂੰ ਅਸੀਂ ਜਾ ਕੇ ਸਮਝਾਇਆ ਕਿ ਅਸੀਂ ਵੇਖ ਕੇ ਆਏ ਹਾਂ ਉੱਥੇ, ਤੁਹਾਨੂੰ ਨੁਕਸਾਨ ਕੀ ਉਹਨਾਂ ਦੇ ਆਉਣ ਦਾ ਹੈਗਾ, ਅਤੇ ਫਿਰ ਹੁਣ ਸਾਡੇ ਕੋਲ ਮੰਨੇ ਵੀ ਵਾਕਿਆ ਹੀ ਉਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਰਤ ਸਰਕਾਰ ਨੂੰ ਕਹੋ ਕਿ ਉਹ ਸੀਮਨ ਅਤੇ ਭਰੂਣ ਮੰਗਾ ਕੇ ਦਿੱਤੇ ਜਾਣ, ਪਰ ਉਹਨਾਂ ਨੇ ਇਹ ਮਤਲਬ ਜਦੋਂ ਦਾ ਉਹਨਾਂ ਨੇ ਵਿਰੋਧ ਕੀਤਾ ਹੋਇਆ ਉਦੋਂ ਦੇ ਪੰਜਾਬ ਦੇ ਕਿਸਾਨ ਦਾ ਬੜੇ ਵੱਡੇ ਪੱਧਰ 'ਤੇ ਜਿਹੜਾ ਨਾ ਨੁਕਸਾਨ ਹੋਇਆ ਹੈ,
जे उदों दे सीमेंट दे भरूण आए होंदे ते अज पंजाब दे किसान कोले 30-40 लीटर दुध देण वालियां देसी नसल दीयां गावां तैयार होणियां सी, इन्हां दी आमदन च वाधा भी होणा सी ते जिहड़ी बेसहारा गावां सड़कां ते आ रहियां ने ओह भी नहीं होणियां सी, ओह भी नहीं होणियां सी। सो साडे नाल सदा बूटा सिंह भुल्लर ने तुहानूं जिवें पहलां दस्सिया कि साहीवाल नसल जिहड़ी साडी पाकिस्तान साहीवाल तों बड़े उहनूं प्रमोट कीता जांदा, इह किन्नी कु प्योर तुहाडे कोले हुण पहुँच चुकी है साहीवाल जिहड़ी है जी, किन्ने कु प्योरिटी लैवल ते पहुँच गई है? ये साढ़े को जिहड़ियां असीं पहलियां गावां लैंदियां ने वो 90% तक रहेगियां, पर उस तो बाद सानू चंगे सीमन नहीं मिल पाए। हालांकि जाना तो असी 24 लीटर तो असी गां 26 लीटर वाले पासे सी, 28 लीटर वाले पासे सी जी, पर उनका कारण है कि जे जिहड़े इहो जिहे नूरमहल वाले आ जां साबरमती आश्रम वाले आ जिथों भी असी आपदे लो चंगे सीमन लै, वो चंगे सीमन की बजाए वो सानू माड़े सीमन मिले भी जिंदे नाल साडियां जिहड़ियां गां वैड़ा तैयार होईयां वो 7-8 लीटर ते चलियां गईयां, जबकि वो जाणियां तां वाधे वाले पासे चाहीदियां सीगियां ते उहनां दा दुध सगों उल्टा। हुण तुसीं सरकार तों की चाहुंदे कि सरकार दा किते अप्रोच कीती है वी आह चीज़ करो ਜਾਂ ਸਾਨੂੰ ਵਾਕਿਆ ਡਾਇਰੈਕਟ ਸੀਮਨ ਮੰਗਾ ਕੇ? ਹਾਂਜੀ, ਅਸੀਂ ਵੀ ਸਰਕਾਰ ਕੋਲ ਅਪਰੋਚ ਕੀਤੀ, ਸਰਕਾਰ ਨੇ ਵੀ ਸਾਡੇ ਕੋਲ ਅਪਰੋਚ ਕੀਤੀ ਹੈ। ਸਾਡੇ ਕੋਲ ਇੱਥੇ ਪੰਜਾਬ ਸਰਕਾਰ ਦੇ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜਦੋਂ ਪਸ਼ੂ ਪਾਲਣ ਮੰਤਰੀ ਸੀ ਉਹ ਆਏ ਸੀਗੇ ਅਤੇ ਉਹਨਾਂ ਨੂੰ ਅਸੀਂ ਸਾਰੇ ਸੁਸਾਇਟੀ ਮੈਂਬਰਾਂ ਨੇ ਇਕੱਠੇ ਹੋ ਕੇ ਇਹਦੇ ਬਾਰੇ ਦੱਸਿਆ ਸੀ, ਕਿਉਂਕਿ ਉਹ ਆਪ ਵੀ ਦੇਸੀ ਗਾਵਾਂ ਬਾਰੇ ਕਾਫੀ ਸਮਝ ਰੱਖਦੇ ਆ, ਉਹਨਾਂ ਨੇ ਆਪ ਵੀ ਸਾਹੀਵਾਲ ਨਸਲ ਦੀਆਂ ਗਾਵਾਂ ਰੱਖੀਆਂ। ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਸੀ ਕਿ ਉਹ ਸੀਮਨ ਅਤੇ ਭਰੂਣ ਕਿਸਾਨ ਨੂੰ ਮੰਗਵਾ ਕੇ ਦਿੱਤੇ ਜਾਣ, ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਅਤੇ ਪਰ ਉਹਨਾਂ ਕੋਲ ਉਹ ਫਿਰ ਅਹੁਦਾ ਨਹੀਂ ਰਿਹਾ। ਬਾਅਦ ਦੇ ਵਿੱਚ ਸਾਡੇ ਕੋਲ ਭਾਰਤ ਸਰਕਾਰ ਦੇ ਮੰਤਰੀ ਕੈਲਾਸ਼ ਚੌਧਰੀ ਵੀ ਆਏ ਸੀਗੇ ਐਤਕੀ ਫਰਵਰੀ ਦੇ ਵਿੱਚ ਅਤੇ ਉਹਨਾਂ ਨੂੰ ਵੀ ਅਸੀਂ ਇਹ ਦੱਸਿਆ ਸੀਗਾ ਅਤੇ ਉਹਨਾਂ ਨੇ ਵੀ ਗੱਲ ਸਾਡੀ ਸੁਣੀ ਜ਼ਰੂਰ ਹੈ, ਪਰ ਉਹਦੇ 'ਤੇ ਕੋਈ ਅਮਲ ਨਹੀਂ ਹੋਇਆ। ਅਤੇ ਅਸੀਂ ਇਹ ਸਮਝਦੇ ਹਾਂ ਵੀ ਜੇ ਇਸ ਗੱਲ 'ਤੇ ਅਮਲ ਹੋ ਜੇ ਤਾਂ ਭਾਰਤ ਆ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਵੀ ਖੁਸ਼ਹਾਲ ਹੋ ਸਕਦੇ ਆ ਅਤੇ ਦੇਸੀ ਨਸਲ ਦੀਆਂ ਗਾਵਾਂ 'ਚ ਵੀ ਵਾਧਾ ਹੋ ਜਾਵੇ। ਸੋ ਅਜਿਹੇ ਸਫਲ ਕਿਸਾਨਾਂ ਦੇ ਨਾਲ, ਸਫਲ ਵਿਅਕਤੀਆਂ ਦੇ ਨਾਲ ਰੇਡੀਓ ਪੰਜਾਬ ਟੁਡੇ ਦੀ ਕੋਸ਼ਿਸ਼ ਰਹੇਗੀ ਗੱਲਬਾਤ ਕਰਾਉਣ ਦੀ। ਸਾਡਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਸਬਸਕ੍ਰਾਈਬ ਜ਼ਰੂਰ ਕਰੋ, ਮੁਲਾਕਾਤ ਹੁੰਦੀ ਰਹੇਗੀ। ਸੋ ਬਹੁਤ ਬਹੁਤ ਧੰਨਵਾਦ, ਮਿਲਦੇ ਇੱਕ ਅਜਿਹੀ ਹੋਰ ਸ਼ਖਸੀਅਤ ਦੇ ਨਾਲ।